ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਧੀਰਾ ਐਜੂਕੇਸ਼ਨ ਤੇ ਜਿਹੜੇ ਸਟੂਡੈਂਟ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਜੇਕਰ ਤੁਸੀਂ ਸਾਡਾ ਟੈਲੀਗ੍ਰam ਤੇ ਇੰਸਟਾਗ੍ਰam ਜੁਆਇਨ ਕਰਨਾ ਚਾਹੁੰਦੇ ਹੋ ਤਾਂ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਕਈ ਸਟੂਡੈਂਟਸ ਦੇ ਕਮੈਂਟ ਆ ਰਹੇ ਸੀ ਕਿ ਉਹਨਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਜੋ ਪਟਵਾਰੀ ਦਾ ਹੋਊਗਾ ਉਸ ਦੇ ਵਿੱਚ ਉਹਨਾਂ ਨੂੰ ਲੈ ਕੇ ਬਹੁਤ ਡਾਊਟਸ ਨੇ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੇ ਸਾਰੇ ਡਾਊਟਸ ਕਲੀਅਰ ਕਰਾਂਗੇ ਠੀਕ ਹੈ ਜੀ ਮੈਂ ਪਹਿਲਾਂ ਵੀਡੀਓ ਪਾਈ ਸੀ ਕਿ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਤੁਹਾਨੂੰ ਕਿਹੜੇ-ਕਿਹੜੇ ਡਾਕੂਮੈਂਟਸ ਦੀ ਜੋ ਜ਼ਰੂਰਤ ਪਵੇਗੀ ਤੇ ਉਸ ਵੀਡੀਓ ਦੇ ਨੀਚੇ ਕਈ ਸਟੂਡੈਂਟਸ ਨੇ ਕਮੈਂਟ ਕੀਤੇ ਸੀ ਕਿ ਸਾਡੇ ਕੋਲ ਸਰ ਇਹ ਡਾਕੂਮੈਂਟ ਪੁਰਾਣਾ ਹੈ ਨਵਾਂ ਜਾਂ ਸਾਡਾ ਇਹ ਗਲਤ ਹੋ ਗਿਆ ਕੀ ਕਰੀਏ ਠੀਕ ਹੈ ਜੀ ਉਹ ਸਾਰੇ ਤੁਹਾਡੇ ਡਾਊਟਸ ਇਸ ਵੀਡੀਓ ਦੇ ਵਿੱਚ ਕਲੀਅਰ ਹੋ ਜਾਣਗੇ ਠੀਕ ਹੈ ਜੀ ਬਾਕੀ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕੀ ਡੈਰੀ ਜੋ ਡਾਕੂਮੈਂਟ ਵੈਰੀਫਿਕੇਸ਼ਨ ਆ ਠੀਕ ਹੈ ਜੀ ਉਹ ਜਲਦੀ ਹੋਊਗਾ ਕਿਉਂਕਿ ਰਿਜ਼ਲਟ ਆ ਗਿਆ ਏ ਪਟਵਾਰੀ ਦਾ ਅਫੀਸ਼ਰ ਹੈ ਤਾਂ ਇਸ ਕਰਕੇ ਜੇਕਰ ਕਿਸੇ ਕੋਲ ਕੋਈ ਡਾਕੂਮੈਂਟ ਨਹੀਂ ਹੋ ਜਲਦੀ ਜਲਦੀ ਬਣਾ ਲਓ ਤੇ ਸਭ ਤੋਂ ਪਹਿਲਾਂ ਡਾਊਟ ਹੈ ਜੋ ਆਪਾਂ ਗੱਲ ਕਰਦੇ ਆ ਕਿ ਸਰ ਸਾਡਾ ਡਾਕੂ ਜੋ ਡੋਮਿਸਲ ਸਰਟੀਫਿਕੇਟ ਆ ਉਹ ਨੋਟੀਫਿਕੇਸ਼ਨ ਤੋਂ ਬਾਅਦ ਦਾ ਏ ਕਈ ਸਟੂਡੈਂਟ ਨੇ ਕਮੈਂਟ ਕੀਤੇ ਨੇ ਕਿ ਸਾਡਾ ਸਰ ਡਾਕੂਮੈਂਟ ਜੇ ਇਹ ਡੋਮਿਸਲ ਸਰਟੀਫਿਕੇਟ ਆ ਇਹ ਸਾਡਾ ਨੋਟੀਫਿਕੇਸ਼ਨ ਤੋਂ ਬਾਅਦ ਆਇਆ ਹੈ ਕਿ ਇਹ ਚੱਲ ਜੂਗਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇਹਨਾਂ ਨੇ ਜੋ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਹੈ ਉਹ ਇਹਨਾਂ ਨੇ ਲਿਖਿਆ ਹੈ ਕਿ ਜੋ ਤੁਹਾਡਾ ਡੋਮਿਸਾਈਲ ਸਰਟੀਫਿਕੇਟ ਹੈ ਇਹ ਨੋਟੀਫਿਕੇਸ਼ਨ ਦੀ ਡੇਟ ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ ਕਿਉਂਕਿ ਕਈ ਬੱਚੇ ਕੀ ਕਰਦੇ ਨੇ ਉਹ ਨੋਟੀਫਿਕੇਸ਼ਨ ਪੜ੍ਹਦੇ ਨਹੀਂ ਨੋਟੀਫਿਕੇਸ਼ਨ ਨੂੰ ਬਿਨਾ ਪੜ੍ਹੇ ਹੀ ਉਹ ਪੇਪਰ ਨੂੰ ਫਿਲ ਕਰ ਦਿੰਦੇ ਨੇ ਫਾਰਮ ਨੂੰ ਫਿਲ ਕਰ ਦਿੰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ ਤੇ ਉਹਨਾਂ ਨੂੰ ਇਹ ਟੈਨਸ਼ਨ ਹੋ ਜਾਂਦੀ ਹੈ ਕਿ ਹੁਣ ਸਾਡੀ ਸਿਲੈਕਸ਼ਨ ਹੋਵੇਗੀ ਜਾਂ ਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਚੋਂ ਬਾਹਰ ਨਾ ਕਰ ਦਿੱਤਾ ਜਾਵੇ ਠੀਕ ਹੈ ਜੀ ਤੇ ਤੁਸੀਂ ਹੁਣ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੂੰਗਾ ਕਿ ਜੇਕਰ ਤੁਹਾਡੇ ਕੋਲ ਡੋਮਿਸਾਈਲ ਸਰਟੀਫਿਕੇਟ ਆ ਜੋ ਉਹ ਤੁਹਾਡੇ ਕੋਲ ਬਾਅਦ ਦਾ ਹੈ ਨੋਟੀਫਿਕੇਸ਼ਨ ਦੀ ਡੇਟ ਤੋਂ ਬਾਅਦ ਦਾ ਹੈ ਤਾਂ ਤੁਸੀਂ ਟੈਨਸ਼ਨ ਨਾ ਲਵੋ ਕਿਉਂਕਿ ਤੁਹਾਡੇ ਕੋਲ ਜੋ ਡਾਕੂਮੈਂਟ ਆ ਉਹ ਹੈਗਾ ਤਾਂ ਹੈਗਾ ਤੁਸੀਂ ਜੋ ਵੀ ਤੁਹਾਡੇ ਕੋਲ ਡੋਮਿਸਾਈਲ ਦਾ ਸਰਟੀਫਿਕੇਟ ਦਾ ਜੋ ਵੀ ਹੈਗਾ ਤੁਹਾਡੇ ਕੋਲ ਸਰਟੀਫਿਕੇਟ ਚਾਹੇ ਡੇਟ ਤੋਂ ਬਾਅਦ ਦਾ ਨੋਟੀਫਿਕੇਸ਼ਨ ਦੀ ਜੇ ਪਹਿਲਾਂ ਆਇਆ ਤਾਂ ਬਹੁਤ ਵਧੀਆ ਗੱਲ ਹੈ ਜੇ ਨੋਟੀਫਿਕੇਸ਼ਨ ਤੋਂ ਬਾਅਦ ਆਏ ਤਾਂ ਵੀ ਕੋਈ ਦਿੱਕਤ ਨਹੀਂ ਤੁਸੀਂ ਇਹ ਡਾਕੂਮੈਂਟ ਹੈ ਜੋ ਲੈ ਜਿਓ ਠੀਕ ਹੈ ਜੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਕੋਈ ਉਹ ਚੱਕਰ ਪਾਉਣਗੇ ਕਿਉਂਕਿ ਇਸ ਦੇ ਵਿੱਚ ਪਹਿਲਾਂ ਸਾਰਿਆਂ ਦੇ ਇਹ ਗਵਰਨਮੈਂਟ ਤੋਂ ਹੀ ਇਹ ਤੁਹਾਨੂੰ ਇਹ ਪ੍ਰਾਪਤ ਹੋਇਆ ਹੈ ਕਿਉਂਕਿ ਇਸ ਦੇ ਵਿੱਚ ਕੋਈ ਚੱਕਰ ਨਹੀਂ ਪਾਊਗਾ ਬਾਕੀ ਤੁਸੀਂ ਜੋ ਟੈਨਸ਼ਨ ਲੈ ਰਹੇ ਨੇ ਉਹ ਟੈਨਸ਼ਨ ਨਾ ਲਵੋ ਤੁਸੀਂ ਡੋਮਿਸਲ ਜੋ ਤੁਹਾਡਾ ਸਰਟੀਫਿਕੇਟ ਹੈ ਉਹ ਤੁਸੀਂ ਨਾਲ ਲੈ ਜਿਓ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਕਈ ਸਟੂਡੈਂਟ ਦੇ ਕਮੈਂਟ ਆ ਰਹੇ ਨੇ ਕਿ ਸਰ ਸਾਡੇ ਕੋਲ ਜੋ ਕੰਪਿਊਟਰ ਸਰਟੀਫਿਕੇਟ ਹੈ ਉਹ ਅਸੀਂ ਨੇ MCA ਕੀਤੀ ਹੈ BCA ਕੀਤੀ ਹੈ ਜਾਂ MSc IT ਕੀਤੀ ਹੈ ਠੀਕ ਹੈ ਜੀ ਜਾਂ ਕੋਈ ਵੀ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਸਾਡੇ ਕੋਲ ਹੈਗੀ ਹੈ ਜਿਸ ਵਿੱਚ ਅਸੀਂ ਕੰਪਿਊਟਰ ਕੀਤਾ ਹੋਇਆ ਠੀਕ ਹੈ ਜੀ ਕੰਪਿਊਟਰ ਦੀ ਡਿਗਰੀ ਹੈਗੀ ਸਾਡੇ ਕੋਲ ਕੀ ਸਾਨੂੰ ਜੋ ਸਰਟੀਫਿਕੇਟ ਆ ਕੰਪਿਊਟਰ ਦਾ ਉਹ ਬਣਾਉਣਾ ਚਾਹੀਦਾ ਹੈ ਕਿ ਨਹੀਂ ਦੇਖੋ ਜੀ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਤੁਸੀਂ ਰਿਸਕ ਨਾ ਲਵੋ ਤੁਸੀਂ ਆਪਣਾ ਕੰਪਿਊਟਰ ਦਾ ਜੋ ਤੁਹਾਡਾ ਸਰਟੀਫਿਕੇਟ ਹੈ ਉਹ ਤੁਸੀਂ ਬਣਾ ਲਓ ਤੇ ਇੱਕ ਗੱਲ ਦਾ ਤੁਸੀਂ ਇਹਨੇ ਹੋਰ ਧਿਆਨ ਰੱਖਣਾ ਜਦੋਂ ਵੀ ਤੁਹਾਨੂੰ ਕੰਪਿਊਟਰ ਸਰਟੀਫਿਕੇਟ ਨੂੰ ਬਣਾਉਣਾ ਹੈ ਉਹ ਕਿਸੇ ਵੀ ISO 9001 ਸਰਟੀਫਾਈਡ ਸੈਂਟਰ ਤੋਂ ਬਣਾਉਣਾ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਜੋ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਕਿ ਜਿਹੜਾ ਤੁਹਾਡੇ ਕੋਲ ਕਿ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ ਏ ਉਹ ISO 9001 ਤੋਂ ਸਰਟੀਫਾਈਡ ਮਾਨਤਾ ਪ੍ਰਾਪਤ ਜੋ ਸੈਂਟਰ ਹੈ ਉਸ ਦਾ ਹੀ ਹੋਣਾ ਚਾਹੀਦਾ ਏ ਠੀਕ ਹੈ ਜੀ ਇਹ ਤੁਹਨੇ ਜੋ ਸਰਟੀਫਿਕੇਟ ਬਣਾਉਣਾ ਹੈ ਠੀਕ ਹੈ ਜੀ ਇਹ ਤੁਹਾਡਾ 120 ਘੰਟੇ ਦਾ ਹੋਣਾ ਚਾਹੀਦਾ 120 ਘੰਟੇ ਤੋਂ ਘੱਟ ਨਹੀਂ ਹੋਣਾ ਚਾਹੀਦਾ ਜੇ 120 ਘੰਟੇ ਤੋਂ ਜ਼ਿਆਦਾ ਵੀ ਹੈਗਾ ਤਾਂ ਕੋਈ ਦਿੱਕਤ ਨਹੀਂ ਤੁਹਾਡਾ ਚੱਲ ਜਾਊਗਾ ਠੀਕ ਹੈ ਜੀ ਕਈ ਬੱਚੇ ਸਟੂਡੈਂਟ ਨੇ ਮੈਸੇਜ ਆ ਰਹੇ ਨੇ ਕਿ ਸਰ ਸਾਡੇ ਕੋਲ 6 ਮਹੀਨੇ ਦਾ ਏ ਠੀਕ ਹੈ ਜੀ ਉਹ ਵੀ ਕੋਈ ਦਿੱਕਤ ਨਹੀਂ ਜੇਕਰ ਤੁਹਾਡੇ ਕੋਲ 6 ਮਹੀਨੇ ਦਾ ਏ ਤਾਂ ਉਹ ਵੀ ਇਹ ਡਾਕੂਮੈਂਟ ਆ ਤੁਹਾਡਾ ਕੰਪਿਊਟਰ ਦਾ ਚੱਲ ਜੂਗਾ ਠੀਕ ਹੈ ਜੀ ਤੇ ਇੱਕ ਗੱਲ ਦਾ ਤੁਹਾਨੂੰ ਹੋਰ ਧਿਆਨ ਰੱਖਣਾ ਹੈ ਜਿਹੜਾ ਤੁਹਾਨੂੰ ਕੰਪਿਊਟਰ ਦਾ ਸਰਟੀਫਿਕੇਟ ਬਣਾਉਣਾ ਹੈ ਜਾਂ ਤੁਹਾਡੇ ਕੋਲ ਬਣਿਆ ਹੋਇਆ ਏ ਜਾਂ ਬਣਾਉਣਾ ਏ ਇਹ ਕੰਪਲਸਰੀ ਹੈ ਕਿ ਇਹ ਨੋਟੀਫਿਕੇਸ਼ਨ ਤੋਂ ਪਹਿਲਾਂ ਦਾ ਹੋਣਾ ਚਾਹੀਦਾ ਏ ਕਿਉਂਕਿ ਜੇਕਰ ਤੁਸੀਂ ਨੋਟੀਫਿਕੇਸ਼ਨ ਤੋਂ ਬਾਅਦ ਬਣਾਉਣੇ ਹੋ ਤਾਂ ਉਹਨਾਂ ਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਇਹ ਕੋਈ ਕੋਰਸ ਨਹੀਂ ਕੀਤਾ ਹੋਇਆ ਤੁਸੀਂ ਇਕੱਲਾ ਜਿਹੜਾ ਸਰਟੀਫਿਕੇਟ ਹੈ ਉਹੀ ਕਿਸੇ ਸੰਸਥਾ ਤੋਂ ਬਣਵਾਇਆ ਹੋਇਆ ਏ ਤੁਸੀਂ ਜੇਕਰ ਕੋਈ ਸਰਟੀਫਿਕੇਟ ਬਣਵਾਉਣਾ ਹੈ ਕੰਪਿਊਟਰ ਦਾ ਤਾਂ ISO ਦੀ ਪਹਿਲਾਂ ਤਾਂ ਮਾਨਤਾ ਪ੍ਰਾਪਤ ਸੰਸਥਾ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਨੋਟੀਫਿਕੇਸ਼ਨ ਜੋ ਦਿੱਤਾ ਹੋਇਆ ਏ ਉਸ ਦੀ ਡੇਟ ਤੋਂ ਪਹਿਲਾਂ ਦਾ ਜੋ ਸਰਟੀਫਿਕੇਟ ਉਹ ਹੋਣਾ ਚਾਹੀਦਾ ਏ ਇਹ ਕੰਪਲਸਰੀ ਆ ਕੰਪਿਊਟਰ ਦਾ ਸਰਟੀਫਿਕੇਟ ਠੀਕ ਹੈ ਜੀ ਇਹ ਕਈ ਬੱਚਿਆਂ ਦਾ ਡਾਊਟ ਸੀ ਮੈਨੂੰ ਲੱਗਦਾ ਹੁਣ ਇਹ ਕਲੀਅਰ ਹੋ ਗਿਆ ਹੋਵੇਗਾ ਤੇ ਕਈ ਬੱਚਿਆਂ ਦਾ ਇਹ ਵੀ ਡਾਊਟ ਸੀ ਕਿ ਸਰ ਜਿਹੜਾ ਸਾਡਾ ਕੰਪਿਊਟਰ ਦਾ ਸਰਟੀਫਿਕੇਟ ਹੈ ਉਸ ਦੇ ਉੱਤੇ ਸਾਡੇ ਨੰਬਰ ਨਹੀਂ ਲਿਖੇ ਹੋਏ ਕੱਲਾ ਪਾਸ ਲਿਖਿਆ ਹੋਇਆ ਹੈ ਜਾਂ ਪੋਜੀਸ਼ਨ ਲਿਖੀ ਹੋਈ ਆ ਫਸਟ ਸੈਕਿੰਡ ਥਰਡ ਤੇ ਮਾਉਨਾ ਨੂੰ ਦੱਸਣਾ ਚਾਹੂਗਾ ਕਿ ਜੇਕਰ ਤੁਹਾਡੇ ਕੰਪਿਊਟਰ ਸਰਟੀਫਿਕੇਟ ਤੇ ਨੰਬਰ ਨਹੀਂ ਲਿਖੇ ਹੋਏ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡੇ ਕੰਪਿਊਟਰ ਸਰਟੀਫਿਕੇਟ ਤੇ ਬਸ 120 ਘੰਟੇ ਜਾਂ ਇਸ ਤੋਂ ਜ਼ਿਆਦਾ ਦਾ ਹੋਣਾ ਚਾਹੀਦਾ ਹੈ ਜਾਂ ਉਸ ਦੇ ਉੱਤੇ ਡਿਵੀਜ਼ਨ ਲਿਖੀ ਹੋਣੀ ਚਾਹੀਦੀ ਹੈ ਜਾਂ ਪਾਸ ਬਸ ਪਾਸ ਹੋਣਾ ਚਾਹੀਦਾ ਹੈ ਉਹ ਕੰਪਿਊਟਰ ਸਰਟੀਫਿਕੇਟ ਦੇ ਉੱਤੇ ਠੀਕ ਹੈ ਜੀ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਵੇਗੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਜੇਕਰ ਕਿਸੇ ਕੋਲ O ਲੈਵਲ ਦਾ ਸਰਟੀਫਿਕੇਟ ਹੈ ਤਾਂ O ਲੈਵਲ ਦਾ ਸਰਟੀਫਿਕੇਟ ਵੀ ਚੱਲ ਜੂਗਾ ਉਹ ਹੁਣ ਚਾਹੀਦਾ ਏ EACC ਸੰਸਥਾਏ ਉਸ ਤੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਏ O ਲੈਵਲ ਦਾ ਸਰਟੀਫਿਕੇਟ ਠੀਕ ਹੈ ਜੀ ਜੇ ਕਿਸੇ ਕੋਲ O ਲੈਵਲ ਦਾ ਸਰਟੀਫਿਕੇਟ ਹੈ ਤੇ ਉਹ ਵੀ O ਲੈਵਲ ਦਾ ਸਰਟੀਫਿਕੇਟ ਵੀ ਚੱਲ ਜੂਗਾ ਬਾਕੀ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜੀ ਰਿਜ਼ਰਵ ਕੈਟਾਗਰੀ ਆ ਠੀਕ ਹੈ ਜੀ ਜਿਵੇਂ SC BC ਇਹ ਰਿਜ਼ਰਵ ਕੈਟਾਗਰੀਆਂ ਨੇ ਤੇ ਰਿਜ਼ਰਵ categories ਦੇ ਲਈ ਤੁਹਾਡੇ ਕੋਲ ਡੋਮਿਸਾਈਲ ਦਾ ਸਰਟੀਫਿਕੇਟ ਆ ਜੋ ਹੁਣੇ ਹੀ ਜ਼ਰੂਰੀ ਚਾਹੀਦਾ ਠੀਕ ਹੈ ਜੀ ਜੋ ਡੋਮਿਸਾਈਲ ਸਰਟੀਫਿਕੇਟ ਆ ਇਹ ਤੁਹਾਡਾ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਮਤਲਬ ਪਿਛਲੇ 5 ਸਾਲ ਦੇ ਵਿੱਚ ਵਿੱਚ ਦਾ ਬਣਿਆ ਹੋਣਾ ਚਾਹੀਦਾ ਹੈ ਉਸ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਵੇ ਹੋਣਾ ਚਾਹੀਦਾ ਉਹ ਚੱਲੇਗਾ ਨਹੀਂ ਜੇ ਤੁਹਾਡਾ 5 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਤੁਹਾਨੂੰ ਅਰਜ਼ੀ ਬੇਸ਼ਨ ਲੈਣੀ ਹੈ ਤਾਂ ਤੁਸੀਂ ਡੋਮਿਸਾਈਲ ਜੋ ਸਰਟੀਫਿਕੇਟ ਹੈ ਉਹ ਜ਼ਰੂਰ ਨਾਲ ਲੈ ਕੇ ਜਾਇਓ ਕਿਉਂਕਿ ਇਹ ਪ੍ਰੂਫ ਮੰਨਿਆ ਜਾਂਦਾ ਹੈ ਕਿ ਤੁਸੀਂ ਕਿਸ ਸਟੇਟ ਦੇ ਰਹਿਣ ਵਾਲੇ ਹੋ ਠੀਕ ਹੈ ਜੀ ਇਹ ਤੁਹਾਡਾ ਜੋ ਡੋਮਿਸਾਈਲ ਸਰਟੀਫਿਕੇਟ ਹੈ ਸੇਵਾ ਕੇਂਦਰ ਜਾਂ ਤੁਸੀਂ ਸੂਬਾ ਦਾ ਕੇਂਦਰ ਬੋਲਦੇ ਹੋਵੋਗੇ ਉਸ ਦੇ ਵਿੱਚੋਂ ਬਣ ਜਾਊਗਾ ਉਸ ਦੇ ਵਿੱਚ ਜਾ ਕੇ ਤੁਸੀਂ ਬਣਾ ਲਿਓ ਠੀਕ ਹੈ ਜੀ ਬਾਕੀ ਤੁਸੀਂ ਜੇ ਕੋਈ ਟੈਨਸ਼ਨ ਨਹੀਂ ਲੈਣੀ ਜੇਕਰ ਕੋਈ ਵੀ ਡਾਕੂਮੈਂਟਸ ਦੇ ਵਿੱਚ ਤੁਹਾਡੀ ਬਾਦ ਘਾਟ ਹੁੰਦੀ ਹੈ ਤਾਂ ਤੁਹਾਨੂੰ ਬੋਰਡ ਵੱਲੋਂ ਸ਼ਾਇਦ ਹਰ ਬੋਰਡ ਵੱਲੋਂ ਟਾਈਮ ਦਿੱਤਾ ਜਾਂਦਾ ਹੈ ਕਿ ਤੁਸੀਂ ਹਫਤੇ ਜਾਂ 5 ਦਿਨ ਜਾਂ 2 ਦਿਨ ਦੇ ਵਿੱਚ ਵਿੱਚ ਸਾਡੇ ਕੋਲ ਇਹ ਡਾਕੂਮੈਂਟ ਪੇਸ਼ ਕਰੋ ਠੀਕ ਹੈ ਜੀ ਕਿਉਂਕਿ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਤੁਹਾਡੇ ਉੱਤੇ ਇੰਨਾ ਬੋਝ ਨਹੀਂ ਪਾਇਆ ਜਾਵੇਗਾ ਜੇਕਰ ਤੁਹਾਡੇ ਕੋਲ ਇੱਕ ਦੋ ਸਰਟੀਫਿਕੇਟ ਦੀ ਇੱਧਰ ਉੱਧਰ ਬਾਦ ਘਾਟ ਹੈ ਤਾਂ ਉਹ ਤੁਹਾਨੂੰ ਜ਼ਰੂਰ ਉਹਨਾਂ ਵੱਲੋਂ ਟਾਈਮ ਦਿੱਤਾ ਜਾਵੇਗਾ ਕਿ ਹਫਤੇ ਦੇ ਅੰਦਰ ਅੰਦਰ ਇਹ ਸਰਟੀਫਿਕੇਟ ਸਾਡੇ ਕੋਲ ਪੇਸ਼ ਕਰੋ ਠੀਕ ਹੈ ਜੀ ਹੁਣ ਬਾਕੀ ਹੁਣ ਗੱਲ ਕਰਦੇ ਹਾਂ ਜਿਨ੍ਹਾਂ ਕੋਲ ਬੀਸੀ ਸਰਟੀਫਿਕੇਟ ਨੇ ਉਹਨਾਂ ਨੂੰ ਪਤਾ ਹੀ ਹੋਵੇਗਾ ਕਿ ਇੱਕ ਤਾਂ OBC ਸਰਟੀਫਿਕੇਟ ਹੁੰਦਾ ਜੀ ਇੱਕ BC ਸਰਟੀਫਿਕੇਟ ਹੁੰਦਾ ਜੇਕਰ ਤੁਸੀਂ ਸਟੇਟ ਦਾ ਪੇਪਰ ਦਿੰਦੇ ਹੋ ਤਾਂ ਤੁਹਾਨੂੰ BC ਸਰਟੀਫਿਕੇਟ ਦੀ ਲੋੜ ਹੁੰਦੀ ਆ ਠੀਕ ਹੈ ਜੀ ਕਿਉਂਕਿ ਜਿਹੜਾ ਇਹ BC ਸਰਟੀਫਿਕੇਟ ਹੁੰਦਾ ਜੀ ਇੱਕ ਕਾਸਟ ਦਾ ਸਰਟੀਫਿਕੇਟ ਹੁੰਦਾ ਤੇ ਜਿਹੜਾ OBC ਸਰਟੀਫਿਕੇਟ ਹੁੰਦਾ ਏ ਉਹ ਇਨਕਮ ਤੁਹਾਡੀ ਉਸ ਦੇ ਵਿੱਚ ਮਤਲਬ ਇਨਕਮ ਹੁੰਦੀ ਆ ਕਿ ਇੱਕ ਸਾਲ ਦੇ ਵਿੱਚ ਤੁਹਾਡੀ ਇਨਕਮ ਕਿੰਨੀ ਆ ਠੀਕ ਆ ਜੀ ਉਸ ਦੇ OBC ਸਰਟੀਫਿਕੇਟ ਉਹ ਹੁੰਦਾ ਏ ਪਰ ਜੇਕਰ ਤੁਹਾਡੇ ਕੋਲ BC ਸਰਟੀਫਿਕੇਟ ਹੈ ਤਾਂ ਹੀ ਤੁਹਾਡਾ OBC ਸਰਟੀਫਿਕੇਟ ਬਣੇਗਾ ਠੀਕ ਆ ਜੀ ਜੇ ਤੁਸੀਂ ਸਟੇਟ ਦਾ ਐਗਜ਼ਾਮ ਦੇਣਾ ਹੈ ਤਾਂ ਤੁਹਾਡੇ ਕੋਲ ਕੇਵਲ ਬਸ BC ਸਰਟੀਫਿਕੇਟ ਹੋਣਾ ਚਾਹੀਦਾ ਏ ਤੇ bc ਸਰਟੀਫਿਕੇਟ ਜੋ ਤੁਹਾਡੇ ਕੋਲ ਹੋਵੇਗਾ ਉਹ ਤੁਹਾਨੂੰ ਮੈਂ ਦੱਸੇ ਦਿੱਤਾ ਸਾਰੇ ਸਰਟੀਫਿਕੇਟ ਨੋਟੀਫਿਕੇਸ਼ਨ ਦੀ ਡੇਟ ਤੋਂ ਪਹਿਲਾਂ ਦੇ ਹੋਣੇ ਚਾਹੀਦੇ ਨੇ ਤੇ ਜਿਹੜੇ ਇਕਨੋਮਿਕਲ ਵੀਕਰ ਸੈਕਸ਼ਨ ਦੇ ਸਟੂਡੈਂਟ ਨੇ ਉਹਨਾਂ ਨੇ ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਅਪਲਾਈ ਕੀਤਾ ਹੈ ਤਾਂ ਉਹਨਾਂ ਕੋਲ ਇਕਨੋਮਿਕਲ ਵੀਕਰ ਸੈਕਸ਼ਨ ਦਾ ਜਿਹੜਾ ਸਰਟੀਫਿਕੇਟ ਆ ਉਹ ਜ਼ਰੂਰ ਹੋਣਾ ਚਾਹੀਦਾ ਹੈ ਠੀਕ ਹੈ ਜੀ ਤੇ ਕਈ ਸਟੂਡੈਂਟ ਦੇ ਇਹ ਵੀ ਡਾਊਟ ਸੀ ਕਿ ਸਰ ਜੀ ਅਸੀਂ ਫਾਰਮ ਦੇ ਵਿੱਚ ਸਾਡੇ ਨੇਮ ਦੇ ਵਿੱਚ ਸਪੇਸ ਗਲਤ ਹੋ ਗਈ ਜਾਂ ਕੋਈ ਅੱਧਾ ਅੱਖਰ ਅਸੀਂ ਗਲਤ ਪਾਦਾ ਜਦ ਮਦਰ ਨੇਮ ਦੇ ਵਿੱਚ ਫਾਦਰ ਨੇਮ ਦੇ ਵਿੱਚ ਸਾਡੇ ਤੋਂ ਗਲਤੀ ਹੋ ਗਈ ਕਿ ਹੁਣ ਇਹ ਸੈੱਟ ਹੋ ਜਾਊਗਾ ਉਹਨਾਂ ਨੂੰ ਮੈਂ ਦੱਸਣਾ ਚਾਹਣਾ ਹੈ ਕਿ ਇਹ ਸੈੱਟ ਹੋ ਜਾਊਗਾ ਤੁਸੀਂ ਐਫੀਡੇਵਟ ਲਾ ਦਿਓ ਕਿਸੇ ਨੋਟਰੀ ਵਾਲੇ ਤੋਂ ਬਣਾ ਕੇ ਐਫੀਡੇਵਟ ਲਾ ਦਿਓ ਉਸ ਦੇ ਵਿੱਚ ਲਿਖ ਦਿਓ ਕਿ ਸਾਡੇ ਤੋਂ ਇਹ ਗਲਤ ਲਿਖਿਆ ਗਿਆ ਜੋ ਰੀਜਨਲ ਹੈ Ориジナル ਡਾਕੂਮੈਂਟ ਦੇ ਮੁਤਾਬਕ ਸਾਡਾ ਇਹ ਨੇਮ ਹੈ ਇਹ ਇਹ ਤੁਹਾਡਾ ਨੋਟਰੀ ਵਾਲੇ ਤੋਂ ਲਿਖਾ ਲਿਓ ਠੀਕ ਹੈ ਜੀ ਉਹ ਮਤਲਬ ਲਿਖ ਕੇ ਤੁਹਾਨੂੰ ਦੇ ਦੇਣਗੇ ਉਹ ਤੁਹਾਡਾ ਐਫੀਡਾ ਡੇਵਟਾ ਜੋ ਉਹ ਚੱਲ ਜਾਵੇਗਾ ਠੀਕ ਹੈ ਜੀ ਬਾਕੀ ਜੋ ਸਟੂਡੈਂਟ ਜਨਰਲ ਵਾਲੇ ਨੇ ਉਹਨਾਂ ਨੂੰ ਕੋਈ ਡੋਮਿਸਾਈਲ ਸਰਟੀਫਿਕੇਟ ਦੀ ਲੋੜ ਨਹੀਂ ਹੈ ਠੀਕ ਹੈ ਜੀ ਉਹ ਕਈ ਜਨਰਲ ਸਟੂਡੈਂਟ ਪੁੱਛਦੇ ਨੇ ਕਿ ਸਾਨੂੰ ਡੋਮਿਸਾਈਲ ਸਰਟੀਫਿਕੇਟ ਦੀ ਲੋੜ ਹੈ ਉਹਨਾਂ ਨੂੰ ਬਿਲਕੁਲ ਲੋੜ ਨਹੀਂ ਹੈ ਡੋਮਿਸਾਈਲ ਸਰਟੀਫਿਕੇਟ ਦੀ ਇਹ ਸਿਰਫ ਰਿਜ਼ਰਵ ਕੈਟਾਗਰੀ ਵਾਲੇ ਨੂੰ ਹੀ ਜ਼ਰੂਰਤ ਹੈ ਠੀਕ ਹੈ ਜੀ ਬਾਕੀ ਹੁਣ ਕਈ ਸਟੂਡੈਂਟਸ ਦੇ ਜੋ ਥੋੜੇ ਬਹੁਤੇ ਘੱਟ ਨੰਬਰ ਬਣ ਰਹੇ ਨੇ ਉਹ ਵੀ ਟੈਨਸ਼ਨ ਨਾ ਲਓ ਕਿਉਂਕਿ ਕਈ ਸਟੂਡੈਂਟ ਜੋ ਜਿਨ੍ਹਾਂ ਨੇ ਪਟਵਾਰੀ ਦਾ ਟੌਪ ਕੀਤਾ ਹੈ ਜਾਂ ਪਟਵਾਰੀ ਚੋਂ ਵਧੀਆ ਨੰਬਰ ਨੇ ਉਹ ਸਬ ਇੰਸਪੈਕਟਰ ਦੇ ਵਿੱਚ ਜਾਂ ਕੋਈ ਹੋਰ ਪੋਸਟ ਦੇ ਵਿੱਚ ਵੀ ਚਲੇ ਜਾਣਗੇ ਜਿਸ ਕਰਕੇ ਥੋੜਾ ਨੰਬਰ ਆ ਸਕਦਾ ਜਿਨ੍ਹਾਂ ਦੇ ਮਾੜੇ ਮੋٹے ਨੰਬਰ ਘੱਟ ਬਣ ਰਹੇ ਨੇ ਉਹ ਟੈਨਸ਼ਨ ਨਾ ਲਵੋ ਤੇ ਬਾਕੀ ਜੋ ਤੁਹਾਡੇ ਡਾਕੂਮੈਂਟ ਜਿਨ੍ਹਾਂ ਦੇ ਕੰਪਲੀਟ ਨਹੀਂ ਹੈਗੇ ਉਹ ਕੰਪਲੀਟ ਕਰਕੇ ਰੱਖੋ ਜੀ ਠੀਕ ਹੈ ਤੇ ਜਲਦੀ ਉਹ ਤੁਹਾਨੂੰ ਕਾਉਂਸਲਿੰਗ ਲਈ ਬੁਲਾਇਆ ਜਾ ਸਕਦਾ ਹੈ ਤੇ ਆਪਣੇ ਡਾਕੂਮੈਂਟ ਸਾਰੇ ਕੰਪਲੀਟ ਕਰੋ ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆਵੇ। ਬਾਕੀ ਜੇਕਰ ਤੁਹਾਨੂੰ ਕੁਝ ਹੋਰ ਪੁੱਛਣਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਜੇਕਰ ਤੁਸੀਂ ਸਾਡੇ ਚੈਨਲ ਦੇ ਵਿੱਚ ਉੱਤੇ ਨਿਊ ਸਟੂਡੈਂਟ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਠੀਕ ਹੈ ਜੀ। ਬਾਕੀ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਅੱਗੇ ਆਉਣ ਵਾਲੇ ਐਗਜ਼ਾਮਸ ਲਈ ਤੁਹਾਨੂੰ ਬੈਸਟ ਆਫ ਲੱਕ ਜੀ। ਥੈਂਕ ਯੂ ਜੀ।